ਇੱਕ ਆਮ ਆਦਮੀ ਪਾਰਟੀ ਦੇ ਆਗੂ ਦਾ ਬਾਈਕ ਚੋਰੀ ਹੋ ਗਿਆ, ਜਿਸ ਤੋਂ ਬਾਅਦ ਆਪ ਆਗੂ ਦੇ ਵੱਲੋਂ ਵੱਡਾ ਹੰਗਾਮਾ ਕੀਤਾ ਗਿਆ। ਤਾਂ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਜੋ ਆਗੂ ਨੇ, ਉਸਦਾ ਬੇਟਾ ਬਾਈਕ ਲੈ ਕੇ ਟਿਊਸ਼ਨ ਪੜ੍ਹਨ ਦੇ ਲਈ ਗਿਆ ਹੋਇਆ ਸੀ ਅਤੇ ਪਾਰਕਿੰਗ ਦੇ ਵਿੱਚ ਇਹ ਬਾਈਕ ਖੜ੍ਹਾ ਕੀਤਾ ਸੀ, ਅਤੇ ਜਦੋਂ ਉਹ ਵਾਪਸੀ 'ਤੇ ਆਇਆ ਤਾਂ ਉੱਥੇ ਬਾਈਕ ਨਹੀਂ ਸੀ ਖੜ੍ਹਾ। ਜਿਸ ਤੋਂ ਬਾਅਦ ਉਸਨੇ ਆਪਣੇ ਪਿਤਾ ਨੂੰ ਇਸ ਗੱਲ ਬਾਰੇ ਦੱਸਿਆ, ਅਤੇ ਮੌਕੇ ਦੇ ਉੱਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਆਗੂ ਨੇ ਜਦੋਂ ਪੁਲਿਸ ਨੂੰ ਫੋਨ ਕੀਤਾ ਤਾਂ ਪੁਲਿਸ ਵੀ 1 ਘੰਟੇ ਦੇਰੀ ਦੇ ਨਾਲ ਪਹੁੰਚੀ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਨੇ ਪੁਲਿਸ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਲਗਾਏ ਨੇ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਦੇ ਆਗੂ ਦੇ ਕਹਿਣ 'ਤੇ ਹੀ ਪੁਲਿਸ ਮੌਕੇ ਦੇ ਉੱਤੇ ਨਹੀਂ ਪਹੁੰਚ ਪਾ ਰਹੀ ਤਾਂ ਆਮ ਜਨਤਾ ਦੀ ਕੀ ਸੁਣਵਾਈ ਹੋਵੇਗੀ। ਹਾਲਾਂਕਿ ਇਸ ਮੌਕੇ ਇਸ ਆਗੂ ਨੇ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦੇ ਪੰਜਾਬ ਦਾ ਜੁਆਇੰਟ ਸੈਕਟਰੀ ਦੱਸਿਆ ਅਤੇ ਉਸਦਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਦੇ ਵਿੱਚ ਹੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਪੁਲਿਸ ਵੀ ਆਪਣੀ ਮਨ ਮਰਜ਼ੀ ਕਰ ਰਹੀ ਹੈ। ਉਹਨਾਂ ਦੇ ਵੱਲੋਂ ਪੁਲਿਸ ਨੂੰ 1 ਤੋਂ 1.5 ਘੰਟਾ ਪਹਿਲਾਂ ਫੋਨ ਕੀਤਾ ਗਿਆ ਸੀ ਪਰ ਹਾਲੇ ਤੱਕ ਪੁਲਿਸ ਮੁਲਾਜ਼ਮ ਮੌਕੇ 'ਤੇ ਨਹੀਂ ਪਹੁੰਚੇ, ਜਿਸ ਦੇ ਕਾਰਨ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਉੱਥੇ ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਨੇ ਵੱਡੇ ਸਵਾਲੀਆ ਚਿੰਨ੍ਹ ਪੁਲਿਸ ਦੀ ਕਾਰਗੁਜ਼ਾਰੀ 'ਤੇ ਵੀ ਲਗਾਏ ਨੇ। ਜੀ ਹਾਂ, ਦੱਸ ਦਈਏ ਕਿ ਉਹਨਾਂ ਦਾ ਕਹਿਣਾ ਹੈ ਕਿ ਆਏ ਦਿਨ ਗੁਰਦਾਸਪੁਰ ਦੇ ਵਿੱਚ ਬਾਈਕ ਅਤੇ ਸਕੂਟਰੀਆਂ ਚੋਰੀ ਹੋ ਰਹੇ ਨੇ, ਕ੍ਰਾਈਮ ਦਿਨੋ ਦਿਨ ਵੱਧਦਾ ਜਾ ਰਿਹਾ ਪਰ ਪੁਲਿਸ ਦੇ ਵੱਲੋਂ ਹਾਲੇ ਤੱਕ ਕੋਈ ਵੀ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ। ਤਾਂ ਦੱਸ ਦਈਏ ਕਿ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਆਮ ਆਦਮੀ ਪਾਰਟੀ ਦੇ ਆਗੂ ਦੇ ਪੁੱਤ ਦਾ ਮੋਟਰਸਾਈਕਲ ਚੋਰੀ ਹੋਇਆ, ਜਿਸ ਤੋਂ ਬਾਅਦ ਵੱਡਾ ਹੰਗਾਮਾ ਕੀਤਾ। ਸਾਡਾ ਮੁੰਡਾ ਜਿਹੜਾ ਮੋਟਰਸਾਈਕਲ ਲੈ ਕੇ ਆਇਆ ਇੱਥੇ ਮਤਲਬ ਪੀਟੀ ਕਰਦਾ ਸੀਗਾ ਤੇ ਇੱਥੇ ਲਾ ਕੇ ਚਲ ਗਿਆ ਤੇ 9:30 ਵਜੇ ਆਇਆ ਸੀਗਾ, ਜੋ 4:30 ਵਜੇ ਤੋਂ ਆਇਆ ਉਤਰ ਤੇ ਤਾਂ ਦੇਖਿਆ ਮੋਟਰਸਾਈਕਲ ਗਾਇਬ ਆ। ਤਾਂ ਜਦੋਂ ਉਹਨਾਂ ਨੇ ਮੋਟਰਸਾਈਕਲ ਨਹੀਂ ਦੇਖਿਆ ਤੇ ਬੇਟੇ ਨੇ ਮੈਨੂੰ ਫੋਨ ਕੀਤਾ, ਪਾਪਾ ਜੀ ਕਿੱਥੇ ਹੋ? ਮੈਂ ਕਿਹਾ ਮੈਂ ਕਿੱਥੇ ਲੱਗਿਆ ਤਾ, ਕਹਿੰਦੇ ਮੇਰਾ ਮੋਟਰਸਾਈਕਲ ਗਵਾਚ ਗਿਆ। ਇਹਦੇ ਬਾਅਦ ਮੈਂ ਥਾਣੇ ਗਿਆ, ਆਪਣਾ ਮਤਲਬ ਐਪਲੀਕੇਸ਼ਨ ਵੀ ਦਿੱਤਾ ਸੀਗਾ, ਉਹਦੇ ਵਿੱਚ ਉੱਥੇ ਐਪਲੀਕੇਸ਼ਨ ਦੇ ਕੇ ਆਇਆ। ਮੈਂ ਸਰ ਸਾਹਿਬ ਨੂੰ ਫੋਨ ਕੀਤਾ ਸੀਗਾ ਤੇ ਕਹਿੰਦੇ ਮੈਂ ਬੰਦਾ ਭੇਜਣ, 1 ਘੰਟਾ ਹੋ ਗਿਆ ਬੰਦਾ ਕੋਈ ਨਹੀਂ ਆਇਆ ਸੀਗਾ। ਜਦ ਮੈਂ ਪੰਜਾਬ ਦਾ ਜੁਆਇੰਟ ਸੈਕਟਰੀ ਟ੍ਰੇਡ ਵੀ ਹੁੰਦਾ ਵਾਂ, ਜਦੋਂ ਮੇਰੀ ਸੁਣਵਾਈ ਨੇ ਬਾਕੀ ਦੀ ਕੀ ਸੁਣਵਾਈ ਕਰਨਗੇ ਇਹਨਾਂ ਨੇ? ਇਹ ਕਰਕੇ ਚੋਰਾਂ ਦਾ ਹੌਸਲਾ ਬੁਲੰਦ ਵਾ, ਇਹਨਾਂ ਨੇ ਕਾਰਵਾਈ ਨਾ ਕਰਕੇ ਹੋਏ 1 ਘੰਟਾ 1.5 ਘੰਟਾ ਹੋ ਗਿਆ, ਉਹਨਾਂ ਨੇ ਹਾਲੇ ਤੱਕ ਆਏ ਨਹੀਂ। ਜਦੋਂ ਮੈਂ ਫੋਨ ਕੀਤਾ ਕਦੇ ਤੁਹਾਡੇ ਕੋਲ ਹੀ ਨਗੇ, ਜੇ ਤੁਹਾਡੇ ਕੋਲ ਹੀ ਨਗੇ ਨਹੀਂ ਤਾਂ ਕਿੱਦਾਂ ਕਰਦੇ ਸਾਡੇ ਕੋਲ ਨਗੇ? ਇਹਦੇ ਕਰਕੇ ਸਾਡਾ ਮੋਟਰਸਾਈਕਲ ਲੱਭ ਕੇ ਦਿੱਤਾ ਜਾਵੇ। ਸਪਲੈਂਡਰ ਮੋਟਰਸਾਈਕਲ, ਉਹਦਾ ਨੰਬਰ PB06AZ3959, ਇਹ 22 ਮਾਡਲ ਵਾ, ਨਵਾਂ ਮੋਟਰਸਾਈਕਲ ਵਾ। ਦੇਖੋ ਜੀ, ਜਦੋਂ ਅਸੀਂ ਥਾਣੇ ਚਲ ਜਾਈਦਾ ਤਾਂ ਉਹਨਾਂ ਨੇ ਸਵਾਲ ਜਵਾਬ ਜ਼ਿਆਦਾ ਕਰਦੇ ਨੇ ਤੇ ਲੱਭਣ ਕੇ ਬਜਾ ਸਵਾਲ ਜਵਾਬ ਮੈਂ ਉਲਝਾ ਦਿੱਤੇ ਬੰਦੇ ਨੂੰ। ਉਹਨਾਂ ਨੂੰ ਅਸੀਂ ਫੋਨ ਕਰਕੇ ਬੁਲਾਇਆ ਤਾਂ ਕਹਿੰਦੇ ਤੁਹਾਡੇ ਨੂੰ ਲੱਗੋ ਲੱਗੇ ਕਿਉਂਕਿ ਇੱਥੇ ਆਏ ਨਹੀਂ ਕੋਈ। ਜਦੋਂ ਅਸੀਂ ਫੋਨ ਕਰੀਦਾ ਫਿਰ ਵੀ ਨਹੀਂ ਆਏ, ਹਾਲੇ ਤੱਕ ਉਹਨਾਂ ਨੇ ਆਏ। ਜਦੋਂ ਫੋਨ ਕਰ 3-4 ਫੋਨ ਕਰ ਚੁੱਕੇ ਭਾਜੀ, ਉਹਨਾਂ ਨੇ ਕੋਈ ਨਹੀਂ ਸੁਣਿਆ। ਆਮ ਆਦਮੀ ਪਾਰਟੀ ਹਾਂਜੀ ਹਾਂਜੀ ਲਗਾਤਾਰ ਸ਼ਹਿਰ ਦੇ ਅਕਸਰ ਚੋਰੀ ਹੋ ਰਹੀ ਹੈ। ਦੇਖੋ ਜੀ, ਮੈਂ ਆਮ ਆਦਮੀ ਪਾਰਟੀ ਦਾ ਜੁਆਇੰਟ ਸੈਕਟਰੀ ਸਟੇਟ ਵਿੰਗ ਪੰਜਾਬ ਦਾ ਵਾਂ, ਜਦੋਂ ਮੇਰੀ ਸੁਣਵਾਈ ਨਹੀਂ ਬਾਕੀ ਦੀ ਕੀ ਸੁਣਵਾਈ ਕਰਨਗੇ ਇਹਨਾਂ ਨੇ? ਇਹ ਮੰਗ ਇਹ ਕਹੀਦਾ ਮਤਲਬ ਕਿ ਸਾਡੇ ਜਿਤਨੇ ਚੋਰੀਆਂ ਹੋਣ ਰਹੇ, ਜਿਹੜਾ ਮੋਟਰਸਾਈਕਲਾਂ ਚੋਰੀ ਹੋ ਰਹੇ, ਮੈਂ ਸਿਟੀ ਥਾਣੇ ਪਹੁੰਚਿਆ ਸੀਗਾ, ਉਦੋਂ ਦੋ ਬੰਦੇ ਹੋਰ ਆਏ ਸੀਗੇ, ਉਹਨਾਂ ਦੀ ਮੋਟਰਸਾਈਕਲਾਂ ਚੋਰੀ ਹੋਇਆ ਸੀਗਾ ਅੱਜ ਹੀ। ਤੇ ਮੇਰੀ ਮੰਗ ਇਹ, ਜਿਹੜੇ ਮੋਟਰਸਾਈਕਲ ਚੋਰਾਂ ਦੇ ਉੱਤੇ ਮਤਲਬ ਇੱਕ ਸਿਕੰਜਾ ਪਾਇਆ ਜਾਏ, ਜਿਹੜਾ ਚੋਰੀ ਬੰਦ ਹੋ ਜਾਏ।